हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਆਂਡਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਮੈਗਨੀਜ਼ ਦੀ ਘਾਟ ਜਿਹੜੀ ਕਿ ਛੋਟੇ ਤੱਤਾਂ ਦੇ ਵਿੱਚ ਸਭ ਤੋਂ ਵੱਧ ਘਾਟ ਕਣਕ ਦੇ ਵਿੱਚ ਇਹ ਆਉਂਦੀ ਹੈ। ਤੇ ਇਸ ਤੋਂ ਇਲਾਵਾ ਕਣਕ ਦੀ ਫਸਲ ਦੇ ਵਿੱਚ ਜਿਵੇਂ ਜ਼ਿੰਕ ਦੀ ਘਾਟ ਵੀ ਪਿਛਲੇ ਸਾਲ ਕਾਫੀ ਦੇਖਣ ਨੂੰ ਮਿਲੀ ਹੈ। ਉਹਦੀਆਂ ਕਈ ਵਾਰ ਆਪਾਂ ਨੂੰ ਨਿਸ਼ਾਨੀਆਂ ਨਹੀਂ ਪਤਾ ਲੱਗਦਾ ਕਿ ਇਹ ਕੀ ਸਮੱਸਿਆ ਆਈ ਹੈ। ਕਈ ਵਾਰ ਨਦੀਨ ਆਸ਼ਕ ਦੀ ਸਪਰੇ ਦਾ ਮੰਨ ਲੈਂਦੇ ਕਿਸਾਨ ਵੀਰੇ ਜਮ ਤੱਬੇ ਤੋਂ ਵਗੈਰਾ ਪੈ ਜਾਂਦੇ ਆ। ਮੈਗਨੀਜ਼, ਜ਼ਿੰਕ, ਸਲਫਰ, ਐਨਪੀਕੇ ਤੋਂ ਬਿਨਾਂ ਜਿਹੜੀਆਂ ਮੁੱਖ ਘਾਟਾਂ ਇਹ ਆਉਂਦੀਆਂ। ਜੇ ਘਾਟਾਂ ਆਪਾਂ ਸਮੇਂ ਸਿਰ ਪੂਰੀਆਂ ਕਰ ਲੈਂਦੇ ਆ ਕਿਉਂਕਿ ਜ਼ਿੰਕ ਦੀ ਘਾਟ ਨਾਲ ਵੀ ਕਾਫੀ 5-7 ਮਾਣ ਦਾ ਫਰਕ ਪੈ ਜਾਂਦਾ। ਮੈਗਨੀਜ਼ ਦੀ ਘਾਟ ਨਾਲ 30% ਤੱਕ ਜਿਹੜਾ ਫਰਕ ਝਾੜ ਤੇ ਪੈ ਸਕਦਾ ਮਗਰੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਗਰਮੀ ਨਾਲ ਫਸਲ ਦੇ ਵਿੱਚ ਜਿਹੜੀ ਕਮਜ਼ੋਰੀ ਦੇ ਨਾਲ ਝਾੜ ਘਟਿਆ ਹੈ ਤੱਤਾਂ ਦੀ ਘਾਟ ਨਾਲ ਘਟਿਆ ਕੀ ਸਮੱਸਿਆ ਆਈ ਹੈ ਕਈ ਕਿਸਾਨ ਵੀਰ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਕਨਫਿਊਜ਼ ਨਹੀਂ ਥੋੜਾ ਜਿਹਾ ਵੀ ਇਸ ਚੀਜ਼ ਨੂੰ ਔਖਾ ਮੰਨਦੇ ਆ ਕਿ ਮੈਗਨੀਜ਼ ਦੀ ਜ਼ਿੰਕ ਦੀ ਇਹ ਘਾਟਾਂ ਇੰਨੀਆਂ ਕਿਵੇਂ ਪੂਰੀਆਂ ਕਰਾਂਗੇ ਸਪਰੇਆ ਕਿਵੇਂ ਕਰਾਂਗੇ ਸੌਖਾ ਤਰੀਕਾ ਤੁਹਾਨੂੰ ਮੰਦਾ ਦੇਣਾ ਪਿਛਲੇ ਸਾਲ ਉਦੋਂ ਪਿਛਲੇ ਸਾਲ 2-3 ਸਾਲਾਂ ਤੋਂ ਆਪਾਂ ਸਪਰੇਅ ਕਰਾ ਰਹੇ ਹਾਂ ਇਕੱਠਾ ਹੀ ਸਾਰਾ ਕੰਮ ਆਪਣਾ ਪੂਰਾ ਹੋ ਜਾਣਾ ਉਹ ਮੈਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਜ਼ਿੰਕ ਬਾਰੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਮੈਗਨੀਜ਼ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਸਮੇਂ ਸਿਰ ਆਪਾਂ ਜਿਹੜਾ ਹੈਗਾ ਇਹਦੀ ਘਾਟ ਪੂਰੀ ਕਰਨੀ ਮੈਗਨੀਜ਼ ਦੀ ਘਾਟ ਦੇ ਕਾਰਨ ਫਸਲ ਦੇ ਵਿੱਚ ਜਿਵੇਂ ਦੂਜੇ ਤੱਤਾਂ ਖਾਸ ਤੌਰ ਤੇ ਮੈਸਲਫਰ ਜ਼ਿੰਕ ਦੀ ਆਪਾਂ ਗੱਲ ਕਰੀਏ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਘਟਦੀ ਹੈ ਉੱਚ ਤਾਂ ਮਨ ਨੂੰ ਸਹਿਣ ਦੀ ਤਾਕਤ ਘਟਦੀ ਹੈ ਘੱਟ ਤਾਂ ਮਨ ਨੂੰ ਸਹਿਣ ਦੀ ਤਾਕਤ ਘਟਦੀ ਫਸਲ ਸਟ੍ਰੈਸ ਚ ਆ ਜਾਂਦੀ ਹੈ ਕਹਿਣ ਦਾ ਮਤਲਬ ਜੇ ਮੈਗਨੀਜ਼ ਦੀ ਘਾਟ ਆਉਂਦੀ ਹੈ ਦੌਗੀਆਂ ਚ ਫਸਲ ਸੁੱਕ ਜਾਂਦੀ ਹੈ ਜੇ ਸਹੀ ਇਹ ਨਿਸ਼ਾਨੀਆਂ ਦੀ ਗੱਲ ਕਰਾਂ ਜਿਹੜੀਆਂ ਤੁਸੀਂ ਦੇਖਦੇ ਆ ਆਮ ਤੌਰ ਤੇ ਜਿਹੜੇ ਤਿੰਨ ਕ ਪੱਤੇ ਦੀ ਜਦੋਂ ਸਟੇਜ ਆਉਂਦੀ ਆ ਤਾਂ ਉਦੋਂ ਇਹਦੇ ਘਾਟ ਆਉਣੀ ਸ਼ੁਰੂ ਹੋ ਸਕਦੀ ਹੈ ਮੈਗਨੀਜ਼ ਦੀ ਕਣਕ ਝੋਨਾ ਫਸਲੀ ਚੱਕਰ ਵਾਲੇ ਤਕਰੀਬਨ ਹਰੇਕ ਦੂਜੇ ਖੇਤ ਦੇ ਵਿੱਚ ਇਹਦੀ ਘਾਟ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕਿਉਂਕਿ ਕਣਕ ਝੋਨੇ ਫਸਲੀ ਚੱਕਰ ਦੇ ਵਿੱਚ ਇਹਦੀ ਘਾਟ ਆ ਜਿਹੜੀ ਜ਼ਿਆਦਾ ਆਉਣ ਲੱਗ ਪਈ ਐ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਪੀ ਐਚ ਜਿਹੜੀਆਂ ਜ਼ਮੀਨਾਂ ਦੀ ਬਹੁਤ ਜ਼ਿਆਦਾ ਹਾਈ ਆ ਉੱਥੇ ਵੀ ਇਹਦੀ ਕਾਫੀ ਘਾਟ ਦੇਖਣ ਨੂੰ ਮਿਲਦੀ ਐ ਜੇ ਆਪਾਂ ਨਿਸ਼ਾਨੀਆਂ ਦੀ ਗੱਲ ਕਰੀਏ ਬੂਟੇ ਦੇ ਵਿਕਾਰ ਲਈ ਪੱਤਿਆਂ ਤੇ ਇਹਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਜ਼ਰ ਆਉਂਦੀਆਂ ਵਿਕਾਰ ਲਈ ਜਾਂ ਉੱਪਰਲੇ ਪੱਤਿਆਂ ਤੇ ਜਿਹੜੀਆਂ ਉਹਦੀਆਂ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਜਿਹੜੇ ਹਲਕੇ ਪੀਲੇ ਰੰਗ ਦੇ ਸਲੇਟੀ ਰੰਗ ਦੇ ਭੂਰੇ ਰੰਗ ਦੇ ਜਿਹੜੇ ਹੈਗੇ ਆ ਹਲਕੇ ਜਿ ਗੁਲਾਬੀ ਹੁੰਦੇ ਆ ਉਹ ੱਤਬੇ ਪੈ ਜਾਂਦੇ ਆ ਦੂਰੋਂ ਆਏ ਲੱਗਦਾ ਜਿਵੇਂ ਦੋਗੀਆਂ 'ਚ ਕਣਕ ਦਾ ਜਿਹੜਾ ਰੰਗ ਹੈ ਸ਼ੁਰੂਆਤ ਦੇ ਵਿੱਚ ਜਿਵੇਂ ਪਹਿਲਾ ਪਾਣੀ ਜਦੋਂ ਪਲਾਉਣ ਦੇ ਨੇੜ ਉਹਨੇ ਵੀ ਰੰਗ ਜਿਆ ਉੱਡ ਗਿਆ ਹੁੰਦਾ ਜਿਵੇਂ ਦੋਗੀਆਂ ਦੇ ਵਿੱਚ ਚਟਾਕ ਜੇ ਪੈ ਜਾਂਦੇ ਉੱਤੇ ਹੌਲੀ-ਹੌਲੀ ਜਿਹੜਾ ਹੈਗਾ ਇਹ ਮਤਲਬ ਪੱਤਿਆਂ ਦੇ ਮਤਲਬ ਜਿਹੜਾ ਥੱਲੜਾ ਇਸਾ ਹੁੰਦਾ ਦੋ ਤੇਾਈ ਉਧਰ ਨੂੰ ਜਿਹੜੇ ਜਿਆਦਾ ਹੁੰਦੇ ਆ ਹੌਲੀ-ਹੌਲੀ ਵਧਦੇ ਜਾਂਦੇ ਆ ਪੱਤੇ ਸੁੱਕਣ ਲੱਗ ਪੈਂਦੇ ਆ ਤੇ ਪੱਤਾ ਕਈ ਵਾਰ ਇਕੱਠਾ ਹੋ ਜਾਂਦਾ ਸੁੱਕ ਜਾਂਦਾ ਬੂਟੇ ਜਿਹੜੇ ਹੈਗੇ ਦੌਗੀਆਂ ਦੇ ਵਿੱਚ ਸੁੱਕਣ ਲੱਗ ਪੈਂਦੇ ਆਪਾਂ ਨੂੰ ਐ ਲੱਗਦਾ ਜਿਵੇਂ ਕੋਈ ਬਿਮਾਰੀ ਪੈ ਗਈ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਹੀ ਆਉਂਦੀਆਂ ਇਹ ਨਿਸ਼ਾਨੀਆਂ ਤੇ ਉਦੋਂ ਬਾਅਦ ਜੇ ਆਪਾਂ ਉਦੋਂ ਘਾਟ ਨਹੀਂ ਪੂਰੀ ਕਰਦੇ ਤਾਂ ਪਿਛਲੀ ਵਾਰ ਤੁਹਾਨੂੰ ਮੈਂ ਦਿਖਾਇਆ ਸੀ ਕਿ ਸਿੱਟੇ ਨਿਕਲਣ ਵੇਲੇ ਵੀ ਨਿਸ਼ਾਨੀਆਂ ਨਜ਼ਰ ਆ ਰਹੀਆਂ ਸੀ ਮੈਗਨੀਜ਼ ਦੀਆਂ ਇੰਟਰਵਿਨਲ ਕਲੋਰੋਸਿਸ ਦੇ ਰੂਪ ਵਿੱਚ ਹਲਕਾ ਹਲਕਾ ਜਿਹੜਾ ਧਾਰੀਆਂ ਦੇ ਰੂਪ ਦੇ ਵਿੱਚ ਇਹਦਾ ਆਪਾਂ ਪੂਰਤੀ ਕਿਵੇਂ ਕਰਨੀ ਹੈ ਕਿ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਹੈ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 2 ਤੋਂ 3 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਮੰਨ ਲਓ ਕਿਉਂਕਿ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਨਾਈਟ ਹੋ ਜਾਂਦੀ ਜਿਹੜੇ ਕਿਸਾਨ ਵੀਰ ਕਈ ਵਾਰ ਯੂਰੀਆ ਪਹਿਲਾਂ ਪਾਉਂਦੇ ਕਈ ਕਿਸਾਨ ਵੀਰ ਮਗਰੋਂ ਪਾਉਂਦੇ ਆ ਗੁੱਲੀ ਡੰਡੇ ਵਾਲੀ ਆਪਾਂ ਸਪਰੇ ਨਦੀਨਾਂ ਵਾਲੀ ਹੈ ਉਹ ਵੀ ਆਪਾਂ ਪਹਿਲਾਂ ਕਰਨੀ ਹੁੰਦੀ ਹੈ ਉਹ ਮੈਂ ਸਾਰੀਆਂ ਡਿਟੇਲ ਨਾਲ ਦੀ ਨਾਲ 1 2 3 ਦਿਨਾਂ ਅੱਜ ਤੁਹਾਨੂੰ ਸਾਰੀ ਸਪਸ਼ਟ ਕਰ ਦੇਣੀ ਹੈ ਪਹਿਲਾ ਪਾਣੀ ਲਾਉਣ ਤੋਂ 3 4 ਦਿਨ ਪਹਿਲਾਂ ਆਪਾਂ ਜਿਹੜਾ 1 ਕਿਲੋ ਮੈਗਨੀਸਿਅਮ ਸਲਫੇਟ 200 ਲੀਟਰ ਪਾਣੀ ਦੇ ਵਿੱਚ ਆਪਾਂ ਉਹ ਮਿਕਸ ਕਰਨਾ ਹੈ 1 ਕਿਲੋ ਮੈਗਨੀਸ ਸਲਫੇਟ ਨੂੰ 200 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਨਾ ਅੱਧਾ ਪਰਸੈਂਟ ਸੋਲੂਸ਼ਨੇ ਬਣਦਾ ਮਤਲਬ 100 ਲੀਟਰ ਪਾਣੀ ਮਗਰ ਅੱਧਾ ਕਿਲੋ ਮੈਗਨੀਸ ਸਲਫੇਟ 30.5% ਆਉਂਦਾ ਇਹ ਮੈਗਨੀਸ ਸਲਫੇਟ ਕਈ ਕਿਸਾਨ ਵੀਰ ਇਹਨੂੰ ਮੈਗਨੀਸ਼ੀਅਮ ਨਾਲ ਜਿਹੜਾ ਹੈਗਾ ਕਨਫਿਊਜ਼ ਕਰ ਜਾਂਦੇ ਮੈਗਨੀਸ਼ੀਅਮ ਜਿਹੜਾ ਹੈਗਾ ਉਹ 9.5% ਹੈ ਇਹ 30.5% ਤਾਂ ਮੈਗਨੀਸ ਸਲਫੇਟ ਦੀ ਆਪਾਂ ਸਪਰੇਅ ਹੀ ਕਰਨੀ ਆ ਥੱਲੇ ਪਾਉਣ ਦੀ ਇਹਨੂੰ ਕੋਸ਼ਿਸ਼ ਨਹੀਂ ਕਰਨੀ ਤੇ 2 ਤੋਂ 3 ਸਪ੍ਰੇਆ ਇੱਕ ਤਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਉਸ ਤੋਂ ਬਾਅਦ ਹਫ਼ਤੇ ਹਫ਼ਤੇ ਤੇ 2 ਤੋਂ 3 ਸਪ੍ਰੇਆ ਕਰਨੀਆਂ ਜਿਹੜੀ ਦੂਜੀ ਤੇ ਤੀਜੀ ਸਪਰੇ ਕਰਨੀ ਹੈ ਉਹਦੀ ਫਾਰਮੂਲੇਸ਼ਨ ਆਪਾਂ ਕਿਵੇਂ ਵਰਤਣੀ ਉਹ ਜਿਹੜੀ ਦੂਸਰੇ ਤੱਤਾਂ ਦੀ ਘਾਟ ਖਾਸ ਤੌਰ ਤੇ ਜ਼ਿੰਕ ਦੀ ਆਪਣਾ ਫਾਰਮੂਲਾ ਸਪਰੇ ਦਾ ਮੈਗਨੀ ਜ਼ਿੰਕ ਵਾਲਾ ਉਹ ਮੈਂ ਤੁਹਾਨੂੰ ਦੱਸੂਗਾ ਜਿਵੇਂ ਆਪਾਂ ਝੋਨੇ ਦੇ ਵਿੱਚ ਜਿਹੜੀ ਲੋਹਾ ਤੱਤ ਤੇ ਜ਼ਿੰਕ ਤੱਤ ਦੀ ਸਪਰੇ ਕਰਵਾਉਣੀ ਹੁੰਦੀ ਹੈ ਇਕੱਠਾ ਥੋੜਾ ਜਦੋਂ ਤੁਸੀਂ ਸਪਰੇ ਕਰੋਗੇ ਤਾਂ ਸਾਰਾ ਜਿਹੜੇ ਤੱਤਾਂ ਦੀ ਘਾਟ ਵਿੱਚ ਉਹਦੇ ਕਿਉਂਕਿ ਆਪਾਂ ਜ਼ਿੰਕ ਸਲਫੇਟ ਜਾਂ ਮੈਗਨੀ ਸਲਵੇਟ ਵਰਤਣੀ ਨਾਲ ਸਲਫੇਟ ਸਲਫਰ ਵੀ ਮ ਮੈਗਨੀ ਜਿੰਕ ਸਲਫਰ ਤੇ ਨਾਲ ਉਹਦੇ ਜਿਹੜਾ ਹੈਗਾ ਆਪਾਂ ਕਲੀ ਦਾ ਪਾਣੀ ਤੇ ਯੂਰੀਆ ਪਾਉਣੇ ਹੁੰਦੇ ਆ ਉਹ ਸਾਰੀ ਫਾਰਮੂਲੇਸ਼ਨ ਤੁਹਾਨੂੰ ਮੈਂ ਦੱਸ ਦਉ ਹਜੇ ਆਪਾਂ ਜਿਹੜਾ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਕਲੀ ਮੈਗਨੀ ਦੀ ਸਪਰੇਅ ਕਰਨੀ ਹੈ ਉਹਦੇ ਨਾਲ ਤੁਸੀਂ ਕਿਲੋ ਯੂਰੀਆ ਪਾ ਸਕਦੇ ਹੋ ਉਹਦਾ ਰਿਜ਼ਲਟ ਬੜਾ ਵਧੀਆ ਮਿਲਦਾ ਅੱਧਾ ਕਿਲੋ ਤੋਂ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਹੁਤ ਸ਼ਾਨਦਾਰ ਨਤੀਜੇ ਕਿਸਾਨ ਵੀਰੋਂ ਮਿਲਣਗੇ ਸਪਰੇਅ ਤੇ ਹੀ ਆਪਾਂ ਜੋੜ ਦੇਣਾ ਤੁਹਾਨੂੰ ਤਿੰਨ ਸਪਰੇਅ ਮੈਂ ਤਤਾਂ ਵਾਲੀਆਂ ਕਰਾਉਂਗਾ 2 ਤੋਂ 3 ਤੇ ਇੰਨੀ ਸ਼ਾਨਦਾਰ ਫਸਲ ਮਤਲਬ ਕਿ ਤੁਹਾਨੂੰ ਘਾਟ ਕੋਈ ਨਜ਼ਰ ਨਹੀਂ ਆਉਣੀ ਕਿਉਂਕਿ ਜਿਹੜੇ ਖਾਦਾਂ ਥੱਲੇ ਪਾਉਣੀਆਂ ਆ ਉਹ ਤਾਂ ਆਪਾਂ ਪਾਉਣੀਆਂ ਹੀ ਆ ਉਦੋਂ ਬਿਨਾਂ ਜਿਹੜੀ ਸਪਰੇਅ ਐ ਉਹ 2 ਤੋਂ 3 ਤੁਹਾਨੂੰ ਕਰਾਉਣੀਆਂ ਖਰਚਾ ਨਹੀਂ ਸਪਰੇਅ ਦੇ ਉੱਤੇ ਹੁੰਦਾ ਖੇਚਲ ਆਪਣੀ ਹੁੰਦੀ ਐ ਜੇ ਤੁਸੀਂ ਕਰਤੀਆਂ ਫਸਲ ਤੁਹਾਡੀ ਸ਼ਾਨਦਾਰ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਬਹੁਤ ਵਧੀਆ ਕੁਆਲਿਟੀ ਦੇ ਝਾੜ ਮਿਲੂਗਾ ਉਚਤਾਮਾਨ ਨੂੰ ਵੀ ਚਾਹੇ ਉਹ ਵੈਰੈਟੀ ਕਈ ਵਾਰ ਘੱਟ ਸਹਿਣ ਜੋਗ ਹੁੰਦੀ ਜਦੋਂ ਆਪਾਂ ਤੱਤ ਪੂਰੇ ਕਰਦੇ ਤਾਂ ਕਾਫੀ ਹੱਦ ਤੱਕ ਜਿਹੜੀ ਹੈਗੀ ਉਹ ਸਹਿ ਜਾਂਦੀ ਐ ਤੇ ਇਹ ਬੇਨਤੀ ਹੈ ਕਿ ਮੈਗਨੀਸ ਸਲਫੇਟ ਦੀ ਆਪਾਂ ਸਪਰੇਅ ਮਿਸ ਨਹੀਂ ਕਰਨੀ ਪਹਿਲੇ ਪਾਣੀ ਤੋਂ ਪਹਿਲਾਂ ਨੋਟ ਕਰ ਲਓ ਕਿ 15 ਤਰੀਕ ਦੇ ਨੇੜੇ ਤੇੜ ਜਾ ਕੇ ਪਾਣੀ ਪਹਿਲਾਂ ਕਈ ਕਿਸਾਨ ਵੀਰਾਂ ਨੇ ਲਾਉਣਾ ਸ਼ੁਰੂ ਕਰ ਦੇਣਾ 15 17 ਦੇ ਨੇੜ ਨਵੰਬਰ ਦੇ ਤੇ ਇਹ ਆਪਾਂ ਕੱਚ ਨਹੀਂ ਛੱਡਣਾ ਹੈਗਾ ਮੈਗਨੀਸ ਸਲਫੇਟ ਦੀ ਲਾਜ਼ਮੀ ਸਪਰੇਅ ਕਰਨੀ ਹੈ ਨਦੀਨਾ ਵਾਲੀ ਜਾਂ ਯੂਰੀਆ ਵਾਲੀ ਉਹ ਕਦੋਂ ਯੂਰੀਆ ਪਾਉਣੀ ਹੈ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ